ਦੀ ਮੰਗ ਕਰਦੇ ਹਾਂ ਔਰ ਇਨਸਾਫ ਵਾਸਤੇ ਆਖਰੀ ਦਮ ਤੱਕ ਸਾਰੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਨਾਲ ਖੜੀ ਹੈ। ਅੱਜ ਸਰ ਸੁਖਬੀਰ ਸਿੰਘ ਬਾਦਲ ਜੀ ਨੇ ਖੁਦ ਆਉਣਾ ਸੀ ਭੋਗ 'ਤੇ, ਉਹਨੂੰ ਰਾਤ ਇੱਕਦਮ ਫੂਡ ਪੋਇਜ਼ਨਿੰਗ ਹੋ ਗਈ, ਬੇਤਹਾਸ਼ਾ ਲੂਜ ਮੋਸ਼ਨ ਲੱਗ ਗਏ, ਬੁਖਾਰ ਹੋ ਗਿਆ, ਉਹ ਅਜੇ ਉੱਥੇ ਪਏ ਸੀ ਬੈੱਡ 'ਤੇ, ਨਹੀਂ ਤਾਂ ਉਹ ਸਾਡੇ ਨਾਲ ਹੋਣੇ ਸੀ। ਸੋ ਹੁਣ ਵੀ ਉਹ ਸਾਡੇ ਨਾਲ ਨਹੀਂ, ਅਸੀਂ ਸਾਰੇ ਬੈਠੇ ਹਾਂ, ਸਭੀ ਘਰਸੋਰੀ ਬੈਠੇ ਨੇ, ਰਣੀ ਕੇ ਬੈਠੇ ਹੈ, ਬੈਠੇ ਸਾਰੀ ਜਥੇਬੰਦੀ ਬੈਠੀ ਹੈ। ਅਕਾਲੀ ਦਲ ਨੂੰ ਇਸ ਤਰ੍ਹਾਂ ਮਤਲਬ ਸਾਇਲੈਂਟ ਨਹੀਂ ਲੇਗਾ, ਇਹਨੂੰ ਚੈਲੇਂਜ ਲੈ ਕੇ ਇਸ ਕੇਸ ਨੂੰ ਕਰੇਗਾ ਤਾਂ ਕਿ ਇਹਦਾ ਇਨਸਾਫ ਮਿਲੇ, ਜੋ ਸਹੀ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲੇ। ਦੇਖੋ ਇਹ ਪੋਲੀਟੀਕਲ ਬਿਆਨ ਹੈ, ਉਹਦੇ 'ਚ ਮੈਂ ਨਾ ਜਾਵਾਂ। ਅੱਜ ਇਹ ਘਟਨਾ ਜਿਹੜੀ ਆਪਾਂ ਵੱਡੀ ਘਟਨਾ ਹੈ, ਆਪਾਂ ਇਸ 'ਤੇ ਗੱਲ ਕਰ ਰਹੇ ਹਾਂ, ਬਹੁਤ ਵੱਡੀ ਘਟਨਾ, ਇਹ ਤੁਹਾਡੇ ਵਾਸਤੇ ਵੀ ਚੈਲੇਂਜ ਹੈ। ਦੇਖੋ ਕੋਈ ਬੰਦਾ ਤੁਸੀਂ ਇਨਸਾਫ ਦੀ ਆਵਾਜ਼ ਕੱਢ ਦਿਓ, ਤੁਹਾਨੂੰ ਕੋਈ ਮਾਰ ਦੇ, ਯਾਨੀ ਇਹ ਇਸ ਨੂੰ ਮੈਂ ਸਮਝਦਾ ਕਿ ਇਹ ਕੋਈ ਪਾਰਟੀਬਾਜ਼ੀ ਦੀ ਗੱਲ ਨਹੀਂ, ਇਨਸਾਫ ਵਾਸਤੇ ਕਿਸੇ ਬੰਦੇ ਨੇ ਗੱਲ ਕਰਨੀ, ਉਸ ਨੂੰ ਜੋ ਸ਼ਕਤੀਸ਼ਾਲੀ ਬੰਦਾ ਉਸਨੇ ਦਬਾਉਣਾ, ਇਹ ਤਾਂ ਫਿਰ ਦੁਨੀਆ 'ਤੇ ਕਿਸੇ ਕੋਈ ਆਵਾਜ਼ ਹੀ ਨਹੀਂ। ਤੁਸੀਂ ਕੱਲ੍ਹ ਨੂੰ ਤੁਹਾਨੂੰ ਕਹਿੰਦੇ ਪ੍ਰੈਸ ਵਾਲੇ ਕਹੋਗੇ, ਉਹ ਇੱਥੇ ਤੁਹਾਨੂੰ ਮਾਰਾਂਗੇ। ਇਸ ਕਰਕੇ ਜਿਹੜੀਆਂ ਇਹ ਗੱਲਾਂ ਨੇ, ਇੱਥੇ ਸਾਨੂੰ ਸਾਰੇ ਲੋਕਾਂ ਨੂੰ ਤੁਹਾਡਾ ਮੈਂ ਸਿਸਟਮ ਨੂੰ ਕੰਪਰੋਮਾਈਜ਼ ਨਹੀਂ ਕਿਹਾ, ਮੈਂ ਕਹਿਣਾ ਕਿ ਤੁਸੀਂ ਜਿਹੜੇ ਤਕੜੇ ਹੋ ਕੇ ਮੀਡੀਆ ਵਾਲੇ ਲੱਗੇ ਹੋਏ ਹੋ, ਬੜਾ ਜ਼ੋਰ ਨਾਲ ਲੱਗੇ ਹੋਏ, ਵੀ ਤੁਹਾਨੂੰ ਵੀ ਸਾਰਾ ਜਿਹੜਾ ਪੁਲਿਸ ਦਾ ਸਿਸਟਮ ਹੈ ਨਾ ਉਹ ਠੱਪ ਹੈ, ਪੁਲਿਸ ਦਾ ਸਿਸਟਮ ਸਰਕਾਰ ਦੇ ਪ੍ਰੈਸ਼ਰ ਥੱਲੇ ਹੈ। ਉਸ 'ਚ ਮੈਂ ਬਿਲਕੁਲ ਬੇਬਾਕ ਕਹਿਣਾ ਕਿ ਪੁਲਿਸ ਬਿਲਕੁਲ ਕੁਛ ਨਹੀਂ ਕਰ ਰਹੀ, ਅੱਖਾਂ ਤੋਂ ਅੰਜੂ ਪੂੰਝਦੀ ਹੈ, ਨਹੀਂ ਤਾਂ 15 ਦਿਨ ਬਾਅਦ ਸਾਨੂੰ ਇੱਥੋਂ ਤੱਕ ਜਾਣ ਧਰਨਿਆਂ, ਇਹੋ ਜਿਹੇ ਕਤਲ 'ਚ ਧਰਨੇ ਲੱਗਣ, ਤੁਸੀਂ ਆਪ ਅੰਦਾਜ਼ਾ ਲਾ ਲਓ। ਇਸ ਕਰਕੇ ਪੁਲਿਸ ਨੂੰ ਤਾਂ ਅਸੀਂ ਬਿਲਕੁਲ ਹੀ ਜ਼ੀਰੋ ਸਮਝਦੇ ਹਾਂ, ਕਾਰਨ ਸਰਕਾਰ ਦਾ ਉੱਤੇ ਪ੍ਰੈਸ਼ਰ। ਸਰ ਉਹਨੇ ਭਰੋਸੇ ਤਾਂ ਦਿੱਤੇ ਨੇ, ਲੇਕਿਨ ਸਾਨੂੰ ਭਰੋਸਿਆਂ 'ਤੇ ਉਹਨਾਂ ਚਿਰ ਕਿੰਨਾ ਯਕੀਨ ਹੈ, ਜਿੰਨਾ ਚਿਰ ਅਮਲ ਨਹੀਂ ਹੋ ਰਿਹਾ, ਜਿੰਨਾ ਚਿਰ ਅਮਲ ਜਦੋਂ ਹੋਏਗਾ ਅਸੀਂ ਉਦੋਂ ਭਰੋਸਾ ਮੰਨਾਂਗੇ। ਇਸ ਕਰਕੇ ਅਸੀਂ ਥੋੜ੍ਹੇ ਦਿਨ ਵੇਟ ਕਰਦੇ ਹਾਂ, 2-4 ਦਿਨ ਹੋਰ, ਨਹੀਂ CBI ਦਾ ਆਪਦਾ ਸਾਰਾ ਦੋਸ਼। ਪਰਿਵਾਰ ਲਈ ਤਾਂ ਇਨਸਾਫ ਦੀ ਮੰਗ ਹੀ ਕਰਦੇ ਹਾਂ ਕਿ ਪਰਿਵਾਰ ਨੂੰ ਜਿਹੜਾ ਇਨਸਾਫ ਹੈ ਮਿਲੇ, ਉਹਦੇ ਵਾਸਤੇ ਅਸੀਂ ਸਾਰੇ ਲੜ ਰਹੇ ਹਾਂ। ਬਾਕੀ ਜੋ ਉਹਨਾਂ ਨੂੰ ਤਕਲੀਫ ਹੋਈ ਹੈ, ਸਰਕਾਰ ਵੀ ਮਦਦ ਕਰੇ ਤਾਂ ਕਿ ਪਿੱਛੇ ਪਰਿਵਾਰ ਬੇਸਹਾਰਾ ਹੋ ਗਿਆ। ਪਾਰਟੀ ਤਾਂ ਅਸੀਂ ਜੋ ਕਰਾਂਗੇ ਕਰਾਂਗੇ, ਲੇਕਿਨ ਸਰਕਾਰ ਨੂੰ ਵੀ ਕਰਨੀ ਚਾਹੀਦੀ। ਪੋਲੀਟੀਕਲ ਮਰਡਰ ਹੋਇਆ, ਜੇ ਇੱਥੇ ਜਾ ਕੇ ਆਪਣਾ ਲਹਿਰੇ ਜਾ ਕੇ ਜਿਹੜਾ ਉੱਥੇ ਸੰਗਰੂਰ 'ਚ ਮਰਡਰ ਹੋਇਆ, ਤਾਂ ਉੱਥੇ ਸਰਕਾਰ ਨੂੰ ਨੌਕਰੀ ਦੇਣੀ ਪਈ ਪਰਿਵਾਰ ਦੇ ਬੰਦਿਆਂ ਨੂੰ, ਨਾਲ ਮੁਆਵਜ਼ਾ ਦੇਣਾ ਪਿਆ ਪਰਿਵਾਰ ਨੂੰ, ਤਾਂ ਇੱਥੇ ਵੀ ਇਹ ਵੀ ਮਰਡਰ ਹੋਇਆ ਜਿਹਾ ਹੀ ਹੈ। ਇਹ ਮਰਡਰ ਵੀ ਉਸ ਤਰ੍ਹਾਂ ਦਾ ਹੀ ਹੈ, ਮਰਡਰ ਵੱਖਰੀ ਟਾਈਪ ਦਾ ਨਹੀਂ, ਵੀ ਕੋਈ ਜ਼ਮੀਨ 'ਤੇ ਹੋਇਆ ਜਾਂ ਕਿਸੇ ਇੱਜ਼ਤ 'ਤੇ ਪੈਸੇ, ਜਰ ਜੋਰੂ ਜ਼ਮੀਨ 'ਤੇ ਨਹੀਂ ਚੀਜ਼ਾਂ ਹੁੰਦੀਆਂ, ਤਿੰਨਾਂ 'ਚ ਤਾਂ ਕੋਈ ਹੈ ਹੀ ਨਹੀਂ ਇੱਥੇ। ਕਾਂਗਰਸ ਇਲਜ਼ਾਮ ਲਗਾਉਂਦੀ, ਕਹਿੰਦੇ ਕਿ ਕਿਤੇ ਨਾ ਕਿਤੇ ਆਪਸੀ ਰੰਜਿਸ਼ ਦਾ ਮਾਮਲਾ ਸੀਗਾ ਤੇ ਉਹਨੂੰ ਸਿਆਸੀ ਰੰਗਤ ਦੇ ਰਿਹਾ ਅਕਾਲੀ ਦਲ। ਕੋਈ ਸਾਬਤ ਤਾਂ ਕਰਨਾ, ਆਪਸੀ ਰੰਜਿਸ਼ 20 ਬੰਦਿਆਂ ਨਾਲ ਹੁੰਦੀ ਹੈ, 15 ਜਾਂ 20 ਬੰਦੇ ਆ ਜਾਣੇ, ਉਹਨਾਂ ਨੇ ਆ ਕੇ ਇਸ ਤਰ੍ਹਾਂ ਮਰਡਰ ਕਰਨਾ, 20 ਬੰਦਿਆਂ ਨਾਲ ਸਿਆਸੀ ਰੰਜਿਸ਼ ਨਹੀਂ। ਇੱਕ ਬੰਦਾ ਕੋਈ ਹੋ ਸਕਦਾ, ਉਹ ਬੰਦਾ ਦੱਸੇ ਕਿ ਮੇਰੇ ਨਾਲ ਕੀ ਰੰਜਿਸ਼ ਸੀ, ਉਹਦੇ ਪਿੱਛੇ ਫਿਰ ਐਡਾ ਵੱਡਾ ਮਰਡਰ, ਇੰਨੀਆਂ ਗੋਲੀਆਂ 20-30 ਚਲਾਉਣੀਆਂ, ਇੰਨੇ ਬੰਦੇ ਇਕੱਠੇ ਹੋ ਕੇ, ਇਹ ਤਾਂ ਕੋਈ ਮਤਲਬ ਹੁੰਦਾ ਨਾ ਰਹਿ ਗਈ ਗੱਲ। ਵਿਕਰਮ ਜੀ, ਤੁਹਾਡਾ ਨਾਂ ਬੜਾ ਲਿਆ ਜਾ ਰਿਹਾ ਕਿ ਬਾਕੀ ਭਾਵੇਂ ਕਿਸੇ ਨੂੰ ਤਕਲੀਫ ਹੋਵੇ ਨਾ ਹੋਵੇ, ਵਿਕਰਮ ਜੀ ਨੂੰ ਬਹੁਤ ਤਕਲੀਫ ਹੈ ਸਾਰੇ ਮਸਲੇ ਨੂੰ ਜਦੋਂ ਦਾ ਚੱਲ ਰਿਹਾ ਜੀ। ਸਭ ਤੋਂ ਪਹਿਲਾਂ ਤਾਂ ਜੀ ਮੈਂ ਜਿਹੜੀ ਹਵਾਨੀਅਤ ਔਰ ਜੋ ਮੈਂ ਸਮਝਦਾ ਕਿ ਇੱਕ ਜਾਨਵਰ ਵੀ ਇਹ ਤੋਂ ਵੱਧ ਹਮਦਰਦੀ ਸ਼ੋਅ ਕਰਦਾ, ਕੱਲ੍ਹ ਇਹ ਬਿਆਨ ਸੁਣ ਕੇ ਮੈਨੂੰ ਤਾਂ ਹੈਰਾਨਗੀ ਹੋ ਗਈ ਕਿ ਇਨਸਾਨ ਦੇ ਕੋਈ ਗੁਣ ਵੀ ਨੇ ਕਿ ਨਹੀਂ ਹੈ,
ਨਿਊਜ਼ ਚੈਨਲ ਨੂੰ ਇਹ ਗੱਲ ਕਹਿ ਦੇਣੀ, ਜਿਨ੍ਹਾਂ ਦੀ ਮਾਤਾ ਅੱਗੇ ਨਹੀਂ ਆ, ਫਾਦਰ ਸਾਹਿਬ ਦੀ ਡੈਥ ਹੋ ਗਈ ਹੈ, ਬੱਚੀ ਨਿਊਲੀ ਵੈਡ ਹੈ, ਹਲੇ ਉਹਦੇ ਚੂੜਾ ਉਹਨੇ ਪਾਇਆ, ਇੱਕ ਬੱਚੇ ਦਾ ਵਿਆਹ ਹੋਣਾ, ਇਹ ਗੱਲ ਕਹਿ ਦੇਣੀ ਪਰਿਵਾਰ ਨੂੰ ਤਾਂ ਪ੍ਰੋਬਲਮ ਉਹਨਾਂ ਦੇ ਇੰਨ ਬਿੰਨ ਲਾਉ 'ਚ ਕਹਿ ਰਿਹਾ ਰੰਧਾਵਾ ਸਾਹਿਬ ਦੇ ਕਿ ਪਰਿਵਾਰ ਨੂੰ ਤਾਂ ਪ੍ਰੋਬਲਮ ਹੈ ਕੋਈ ਨਹੀਂ, ਮਜੀਠੀਏ ਨੂੰ ਪ੍ਰੋਬਲਮ ਹੈ। ਤੁਸੀਂ ਕਿਹੜਾ ਜਿਹਦੇ 'ਚ ਵੀ ਮਾੜਾ ਮੋਟਾ ਵੀ ਇਨਸਾਨੀਅਤ ਦਾ ਕਿਣਕਾ ਕੋਈ ਇਹੋ ਜਿਹੇ ਲਫ਼ਜ਼ ਵਰਤ ਸਕਦਾ ਜੀ ਕਿਸੇ ਲਈ? ਕਿ ਹਮਦਰਦੀ, ਦੇਖੋ ਵਿਰੋਧ, ਕਿਸੇ ਨੇ ਸਾਥ ਦਿੱਤਾ, ਕਿਸੇ ਨੇ ਵਿਰੋਧ ਕੀਤਾ, ਬਟ ਤੁਸੀਂ ਵਜ਼ੀਰ ਕਾਹਦੇ ਹੋ? ਪੰਜਾਬ ਦੇ ਹੋ, ਸਹੁੰ ਖਾਧੀ ਹੈ ਤੁਸੀਂ, ਸ਼ਪਥ ਲਈ ਹੈ, ਔਰ ਉਹ ਸ਼ਪਥ 'ਚ ਤੁਸੀਂ ਕਿਹਾ ਮੈਂ ਕਿਸੇ ਨਾਲ ਭਾਵ ਭੇਦ ਨਹੀਂ ਰੱਖਾਂਗਾ, ਮੈਂ ਸਭ ਨਾਲ ਬਰਾਬਰ ਰਹੂੰਗਾ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, 3 ਕਿਲੋਮੀਟਰ ਤੋਂ ਇੱਥੋਂ ਧਾਰੋ ਵਾਲੀ ਪਿੰਡ ਹੈ ਵਜ਼ੀਰ ਸਾਹਿਬ ਦਾ, ਅਫਸੋਸ ਤੁਸੀਂ ਕਰਕੇ ਰਾਜ਼ੀ ਨਹੀਂ। ਇਸ ਤੋਂ ਹੀ ਸਪਸ਼ਟ ਹੋ ਜਾਂਦਾ ਕਿ ਤੁਹਾਡੇ ਦਿਲ ਦੇ ਅੰਦਰ, ਤੁਹਾਡੇ ਮਨ ਦੇ ਅੰਦਰ ਕੀ ਸੋਚ ਹੈ। ਔਰ ਇਹ ਹੱਦ ਤੱਕ 10 ਦਿਨ ਹੋ ਗਏ, ਇੱਕ ਬੰਦਾ ਕੱਲ੍ਹ ਇਹਨਾਂ ਨੇ ਜਦੋਂ ਪ੍ਰੈਸ਼ਰ ਵੱਧ ਗਿਆ, ਜਦੋਂ ਮੈਨੂੰ ਪਤਾ ਲੱਗਿਆ ਕਿ ਮੁੱਖ ਮੰਤਰੀ ਨੇ ਕਿਤੇ ਨਾ ਕਿਤੇ ਵਾਪਸ ਆਉਣਾ ਸੀ, ਉਹਨਾਂ ਦੇ ਵਾਪਸ ਆਉਣ ਤੋਂ ਪਹਿਲਾਂ ਇੱਕ ਬੰਦਾ ਪੁਲਿਸ ਨੇ ਨਹੀਂ ਫੜਿਆ, ਇਹਨਾਂ ਨੇ ਆਪ ਪ੍ਰੈਸ਼ਰ ਹੇਠ ਪੇਸ਼ ਕਰਾਇਆ। ਔਰ ਮੈਂ ਇਹ ਗੱਲ ਪੁੱਛਦਾ ਕਿ SSP ਸਾਹਿਬ ਨੇ 2-3 ਗੱਲਾਂ ਕਹੀਆਂ, ਹੁਣ ਉਹ SSP 'ਤੇ ਭਰੋਸਾ ਕੌਣ ਕਰੇ? ਜਿਹਨੇ 15-20 ਮਿੰਟਾਂ ਬਾਅਦ ਹੀ ਕਹਿਤਾ ਜੀ ਇਹ ਤਾਂ ਪਰਸਨਲ ਰੰਜਿਸ਼, ਨਾ ਤੁਸੀਂ ਹਲੇ ਫੜਿਆ ਕਿਸੇ ਨੂੰ, ਨਾ ਉਹਦੀ ਇੰਟੈਰੋਗੇਸ਼ਨ ਹੋਈ। ਇਹਨਾਂ ਨੂੰ, ਇਹਨਾਂ ਦੀ ਬੇਟੀ ਜਦ ਪਹਿਲਾਂ ਦਿਨ ਗਈ ਸੀ, ਮਿਲੇ ਹੀ ਨਹੀਂ ਬੇਟੀ ਨੂੰ, ਕਹਿੰਦੇ ਬਿਜੀ ਨੇ, ਵਜ਼ੀਰ ਸਾਹਿਬ ਆਏ ਆ, ਅਤੇ ਵਜ਼ੀਰ ਆਇਆ ਉਹਦੇ ਨਾਲ, ਤੁਸੀਂ ਐਡੇ ਬਿਜੀ ਹੋ ਕਿ ਜਿਹਦਾ ਬਾਪ ਗਿਆ ਉਹਦੇ ਕੋਲ ਸਮਾਂ ਕੋਈ ਨਹੀਂ। ਦੇਖੋ ਇਹ ਹਿਸਾਬ ਕਿਤਾਬ ਇੱਥੇ ਹੋਣੇ ਆ ਜੀ, ਲੋਕਾਂ ਨੂੰ, ਲੋਕ ਸਰਕਾਰਾਂ ਇਨਸਾਫ਼ ਦੇਣ ਨਾ ਦੇਣ, ਕੋਈ ਅਫਸਰ ਇਨਸਾਫ਼ ਦੇਵੇ ਨਾ ਦੇਵੇ, ਸੱਚਾ ਪਾਤਸ਼ਾਹ ਤਾਂ ਜ਼ਰੂਰ ਦਊਗਾ। ਔਰ ਇਹ ਫੇਰੋ ਚੀਚੀ ਦਾ ਕੇਸ ਲਿਵਿੰਗ ਇਗਜ਼ਾਮਪਲ ਹੈ, ਇਸ ਤੋਂ ਪਹਿਲਾਂ ਉੱਥੇ ਵੀ ਇਹੀ ਕੁਛ ਹੋਇਆ ਸੀ, ਉਹ ਪਰਿਵਾਰ 15 ਵਾਰੀ ਪੁਲਿਸ ਕੋਲ ਗਿਆ ਸੀ, ਪੁਲਿਸ ਨੇ ਨਹੀਂ ਦਿੱਤਾ, ਅਖੀਰ 'ਚ ਹਾਈਕੋਰਟ ਦੁਆਰਾ ਰੱਬ ਕਿਸੇ ਜੱਜ ਸਾਹਿਬ ਦੇ ਮਨ 'ਚ ਬੈਠਿਆ ਹਿਰਦੇ ਨੂੰ ਪ੍ਰੇਰਿਆ, ਫਿਰ ਕਿਸੇ ਅਫਸਰ ਦੇ ਹਿਰਦੇ ਨੂੰ ਪ੍ਰੇਰਦਿਆਂ ਹੋਇਆ ਅਖੀਰ 'ਚ ਇਨਸਾਫ਼ ਮਿਲਿਆ। ਔਰ ਅੱਜ ਵੀ ਮੈਂ ਬੇਨਤੀ ਕਰਦਾ, ਲੋਕਾਂ ਦਾ ਧੰਨਵਾਦ ਕਰਦਾ, ਸਾਰੇ MLA ਸਾਹਿਬਾਨ, ਸਾਰੇ ਵਰਕਰ ਸਾਹਿਬਾਨ, ਇਹ ਸਾਰੇ ਇਕੱਠੇ ਖੜ੍ਹੇ ਆ ਔਰ ਇਨਸਾਫ਼ ਲਈ ਖੜ੍ਹੇ। ਔਰ ਮੈਂ ਵੱਡੀ ਗੱਲ ਕਰਦਾ ਜੀ, ਤੁਸੀਂ ਵਿਦਵੋ ਦਰਿੰਦਗੀ ਵੇਖੋ, ਇਹਨਾਂ ਨਾਲ ਤਾਂ ਕਹਿੰਦੇ ਜੀ ਇਹ ਪਰਿਵਾਰ ਅੱਤਵਾਦੀ ਪਰਿਵਾਰ ਆ ਇੱਥੇ ਆਉਣਾ, ਅਤੇ ਜੱਗੂ ਦਾ ਪਰਿਵਾਰ ਬਾਹਲਾ ਚੰਗਾ, ਉਹਦੇ ਤੋਂ ਜਾ ਕੇ ਰੋਟੀ ਵੀ ਖਾਇਆ ਉਹਨਾਂ, ਉਹ ਤੇਰੇ ਵੀ ਰੋਟੀ ਖਾਏ ਆਉਂਦੇ, ਇੱਥੋਂ ਹੀ ਸਮਝ ਆ ਜਾਂਦੀ ਹੈ ਕਿ ਸੋਚ ਹੈ। ਔਰ ਜਿਹੜੀ ਭੁੰਦੜ ਸਾਹਿਬ ਨੇ ਗੱਲ ਕੀਤੀ, ਦੁਖਦਾਈ ਇੰਸੀਡੈਂਟ ਸੰਗਰੂਰ 'ਚ ਵਾਪਰਿਆ, 7 ਵਜ਼ੀਰ ਗਏ ਜੀ, ਔਰ ਇੱਥੇ 3 ਕਿਲੋਮੀਟਰ ਦੀ ਦੂਰੀ 'ਤੇ ਜਿਹੜਾ ਵਜ਼ੀਰ ਆ ਉਹਦੇ ਲਫ਼ਜ਼ ਸੁਣ ਲਓ, ਉਹਦੇ ਸ਼ੇਮਲੈਸ ਐਟੀਟਿਊਡ, ਡਿਸਗਸਟਿੰਗ ਐਟੀਟਿਊਡ, ਮਤਲਬ ਲਫ਼ਜ਼ ਹੀ ਨਹੀਂ ਕਿ ਮੈਂ ਉਹਨਾਂ ਦੀ ਕਿਹੜੇ ਲਫ਼ਜ਼ਾਂ ਨਾਲ ਨਿੰਦਾ ਕਰਾਂ, ਉਹ ਤੁਹਾਡੇ ਸਾਹਮਣੇ। ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਸੀ ਕਾਂਗਰਸ ਨੇ, ਅਤੇ ਜਾਖੜ ਨੇ ਕਿਹਾ ਸੀ ਕਿ ਅਕਾਲੀ ਦਲ ਲਾਸ਼ਾਂ ਦੀ ਰਾਜਨੀਤੀ ਖੇਡਦਾ ਪਿਆ, ਲਾਸ਼ਾਂ 'ਤੇ ਰਾਜਨੀਤੀ ਖੇਡਣਾ ਛੱਡ। ਦੇਖੋ ਜਾਖੜ ਸਾਹਿਬ ਦੀ ਤਾਂ ਮਜਬੂਰੀ ਹੈ ਨਾ, ਸਭ ਨੂੰ ਪਤਾ ਕਿ ਜਾਖੜ ਸਾਹਿਬ ਨੂੰ ਇੱਥੇ MP ਲਈ ਲਿਆਉਣ ਵਾਲੇ ਇਹ ਰੰਧਾਵਾ ਜੀ ਸੀ, ਜਾਖੜ ਥੋੜ੍ਹੀ ਬੋਲਦਾ ਸੀ, ਜੋ ਪਿੱਛੋਂ ਚਾਬੀ ਭਰੀ ਸੀ ਉਹ ਬੋਲਦੇ ਸਨ। ਜਾਖੜ ਨੇ ਤਾਂ 2 ਮਿੰਟ ਬੋਲਿਆ, ਬਾਕੀ ਕਹਾਣੀ ਤਾਂ ਤੁਸੀਂ ਵੇਖ ਹੀ ਰਹੇ ਸੀ। ਮਗਰ ਇੱਕ ਗੱਲ ਹੈ, ਲੋਕਾਂ ਦੇ ਪ੍ਰੈਸ਼ਰ ਨੇ ਮਜਬੂਰ ਇੰਨਾ ਕਰਤਾ, ਜਿਹੜਾ ਆਪ ਤੁਰਦਾ ਸੀ ਉਦਣ 5 MLA ਫੜ ਕੇ ਲੈ ਕੇ ਗਏ ਆ ਪ੍ਰੈਸ ਕਾਨਫਰੰਸ ਲਈ, ਔਰ ਕਿੰਨਾ ਚਿਰ ਭੱਜ ਲਉਂਗੇ? ਨਾ ਦਿਓ ਇਨਸਾਫ਼, ਮੈਂ ਤਾਂ ਆਸ ਹੀ ਨਹੀਂ ਰੱਖਦਾ ਇਹਨਾਂ ਤੋਂ ਇਨਸਾਫ਼ ਦੀ। ਮੈਂ ਅੱਜ ਵੀ ਤੁਹਾਨੂੰ ਕਹਿ ਦਿਆਂ,
ਪੁਲਿਸ ਨੇ ਤੁਸੀਂ ਅਸੀਂ ਡੀ ਜੀ ਪੀ ਸਾਹਿਬ ਨੂੰ ਮਿਲ ਕੇ ਆਏ, ਸਾਡੀ ਡਿਊਟੀ ਸੀ, ਆਸ ਕਰਦੇ ਹਾਂ ਇਨਸਾਫ਼ ਮਿਲੂ, ਮਗਰ ਇਹ ਸਾਰੇ ਕਿਹਦੇ ਮਤਹਿਤ ਨੇ? ਆਪ ਤੁਹਾਡੇ ਬਲਾਸਟ ਕੇਸ 'ਚ ਇੱਥੇ ਆਪਣਾ ਬਟਾਲੇ ਬਲਾਸਟ ਕੇਸ 'ਚ ਅਤੇ 24 ਬੰਦੇ ਮਰੇ, ਕੀ ਕਿਹਨੂੰ ਗਿਲਟੀ ਪਾਇਆ ਗਿਆ? 3 ਕਲਰਕਾਂ ਨੂੰ, ਉਹ ਵੀ ਬਹਾਲ ਹੋ ਗਏ। 70 ਬੰਦੇ ਮਰੇ ਜੌੜਾ ਫਾਟਕ, ਉੱਥੇ ਕਿਸੇ ਨੂੰ ਅੱਜ ਤੱਕ ਗਿਲਟੀ ਪਾਇਆ ਗਿਆ? ਅਤੇ ਤੁਸੀਂ ਸਮਝ ਸਕਦੇ ਹੋ ਕਿ ਇਹਦੇ ਕੇਸ 'ਚ ਕੁਛ ਹੋਣਾ? ਇਹ ਕੱਲਾ ਟਾਈਮ ਟਪਾਊ ਕਵਰ ਅਪ ਆਪਰੇਸ਼ਨ ਹੈ, ਕਰਨ ਆਪਦਾ ਕੰਮ ਸਰਕਾਰ। ਰੰਧਾਵਾ ਦਾ ਕਹਿਣਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਅਕਾਲੀ ਸਰਕਾਰ ਦੇ ਦੌਰਾਨ ਹੀ ਇਸ ਸਹੀ ਨੂੰ ਮਾਰ ਦਿੱਤਾ ਜਾਂਦਾ, ਉੱਥੇ ਭੰਗੜਾ ਪਾਇਆ ਜਾਂਦਾ, ਮਜੀਠੀਆਂ ਨੇ ਉਦੋਂ ਕਿਉਂ ਨਹੀਂ ਇਹ ਸਭ ਕੁਝ ਕੀਤਾ ਜਦ ਹੁਣ ਕਰ ਰਹੇ? ਦੇਖੋ ਇਸ ਤਰ੍ਹਾਂ ਹੈ, ਸਿਆਸੀ ਗੱਲ ਕੋਈ ਕਰੇ ਨਾ, ਉਹ ਤਾਂ ਕੀ ਜਵਾਬ ਦਿਓਗੇ? ਉਹ ਕੇਸ ਦਰਜ ਹੋਇਆ, ਉਹ ਕੇਸ 'ਚ ਮੁਲਜ਼ਮ ਨੂੰ ਸਜ਼ਾ ਵੀ ਮਿਲ ਗਈ, ਮਗਰ ਇਹ ਜਿਹੜੀ ਕਹਾਣੀ ਬਣਾਈ ਸੀ ਇਹ ਕਾਂਗਰਸ ਦੀ ਬਣਾਈ ਸੀ, ਇਹ ਕਿੱਥੇ ਕੇਸ 'ਚ ਨਹੀਂ ਆਈ? ਕੌਣ ਫੈਸਲਾ ਕਰੂ? ਜੱਜ ਸਾਹਿਬ ਨੇ ਫੈਸਲਾ ਕਰਨਾ ਨਾ, ਜੱਜ ਸਾਹਿਬ ਨੇ ਤਾਂ ਫੈਸਲਾ ਕਰਤਾ ਨਾ, ਅੱਜ ਪਰਿਵਾਰ ਨੇ ਕਦੇ ਗੱਲ ਕਹੀ ਨਾ, ਕਦੇ ਇਹ ਗੱਲ ਹੋਈ, ਇਹ ਲਫ਼ਜ਼ ਕੇਵਲ ਅਤੇ ਕੇਵਲ ਇਹਨਾਂ ਦੇ ਸਨ। ਔਰ ਇਹਨਾਂ ਹਾਲਾਤਾਂ ਕਰਕੇ ਵੀ ਜਦੇ ਰਣੀਕੇ ਸਾਹਿਬ ਦੇ ਉਹ ਹਲਕੇ ਦੇ ਕੇਸ ਸੀ, ਜਦੋਂ ਜਿਸ ਦਿਨ ਉੱਥੇ ਗਏ ਕਈ ਕਾਂਗਰਸੀ ਉੱਥੇ ਬੈਠੇ ਸਨ ਜਿਹੜੇ ਸਿਆਸੀ ਰੋਟੀ ਸੇਕਣਾ ਚਾਹੁੰਦੇ, ਪਰਿਵਾਰ ਨੇ ਉਹਨਾਂ ਨੂੰ ਭੋਗ ਤੇ ਬੋਲਣ ਨਹੀਂ ਦਿੱਤਾ। ਇਸ ਲਈ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਕਿਉਂਕਿ ਇਹਨਾਂ ਗੱਲਾਂ 'ਚ ਸੱਚ ਕੋਈ ਨਹੀਂ ਸੀ, ਔਰ ਉਹ ਕੋਰਟ ਨੇ ਵੀ ਨਿਪਟਾਰਾ ਕਰਤਾ, ਸਭ ਨੇ ਕਰਤਾ, ਇਸ ਲਈ ਰੰਧਾਵਾ ਕੀ ਕਵੇ ਉਹਦਾ ਕੀ ਹੈ? ਮੈਂ ਤਾਂ ਅੱਜ ਵੀ ਕਹਿੰਦਾ ਉਸੇ ਵੇਲੇ ਪਰਚਾ ਦਰਜ ਹੋਇਆ, ਉਸੇ ਵੇਲੇ ਉਹ ਬੰਦਾ ਅਰੈਸਟ ਹੋਇਆ ਜੋ ਉਸ ਬੰਦੇ ਨਾਲ ਹੋਏ, ਅੱਜ ਅੱਗੇ ਤੁਸੀਂ ਪੁੱਛ ਕੇ ਦੇਖੋ। ਬੇਟੀ ਨੂੰ ਨੌਕਰੀ ਤਹਿਸੀਲਦਾਰ ਦੀ, ਔਰ ਅੱਜ ਵੀ ਜਿਹੜੀ ਗੱਲ ਇਹ ਕਰ ਰਹੇ ਆ ਤੁਸੀਂ ਵੇਖੋ, ਉੱਥੇ ਸਾਰਾ ਸ਼੍ਰੋਮਣੀ ਅਕਾਲੀ ਦਲ ਉਸ ASI ਨਾਲ ਖਲੋਤਾ ਜੀ, ਇੱਥੇ ਵੜੇ ਆ, ਇੱਥੋਂ ਹੀ ਸਪਸ਼ਟ ਹੋ ਜਾਂਦਾ ਕਿ ਇਹਨਾਂ ਦੀ ਸੋਚ ਕੀ ਆ। ਲੋਕਾਂ ਦੀ ਕਰ ਲਓ ਜੀ, ਜਿਹੜੇ ਲੋਕ ਤੁਹਾਨੂੰ ਚੁਣਦੇ ਆ ਨਾ, ਉਹਨਾਂ ਦੀ ਸਿਕਿਉਰਿਟੀ ਕਰੋ ਔਰ ਉਹਨਾਂ ਨੂੰ ਸਿਕਿਉਰਿਟੀ ਦਿਓ। ਅੱਜ ਗੈਂਗਸਟਰ ਦਾ ਤਾਂ ਬਰਥਡੇ ਮਨਾਇਆ ਜਾ ਰਿਹਾ, ਇੱਥੇ ਦਲਵੀਰ ਸਿੰਘ ਦਾ ਭੋਗ ਪੈ ਰਿਹਾ, ਜੇਲ੍ਹ ਮਿਨਿਸਟਰ ਕਿ ਤੁਸੀਂ ਜਨਮ ਦਿਨ ਮਨਾ ਸਕਦੇ ਹੋ? ਇੱਕ ਕਹਿੰਦਾ ਮੈਂ 800 ਫੋਨ ਖੋਲੇ, ਉੱਥੇ ਤਾਂ 100 ਫੋਨ ਦਿਸਦਾ ਸੀ ਉਸ ਵੀਡੀਓ 'ਚ, ਤੇ ਜੱਗੂ ਵੀਰ ਚੱਲਦੀ ਸੀ, ਆ ਸੁੱਖੀ ਜੱਗੂ ਦੀ ਜੋੜੀ ਤੁਹਾਡੇ ਸਾਹਮਣੇ ਨੰਗੀ ਹੋਣ ਦੀ ਹੈ। ਔਰ ਤੁਸੀਂ ਮੈਨੂੰ ਇੱਕ ਗੱਲ ਦੱਸੋ, ਪੁਰਾਣੇ ਸਮਿਆਂ 'ਚ ਜੇ ਕੋਈ ਗਲਤ ਕੰਮ ਕਰਦਾ ਸੀ ਜਾਂ ਗੈਰ ਪਰਿਵਾਰ ਦੇ ਪਰਿਵਾਰ ਉਹਦੇ ਪੁਲਿਸ ਭਜਾਈ ਫਿਰਦੀ ਸੀ, ਇੱਥੇ ਵੇਖ ਲਓ ਇਹ ਚੇਅਰਮੈਨੀਆਂ ਦਿੰਦੇ ਆ, ਔਰ ਉਹਨਾਂ ਨਾਲ ਹਰ ਚੀਜ਼ ਦੀ ਰੋਟੀ, ਹਰ ਪੋਲੀਟੀਕਲ ਸਾਂਝ, ਹਰ ਚੀਜ਼ ਦੀ ਸਾਂਝ ਰੱਖਦੇ। ਇੱਥੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਕੀ ਹਾਲਾਤ ਬਣੇ ਪਏ, ਕੌਣ ਹਾਲਾਤ ਬਣਾ ਰਿਹਾ। ਦੇਖੋ ਇਸ ਕੋਰ ਕਮੇਟੀ 'ਚ ਹੀ ਫੈਸਲਾ ਹੋ ਗਿਆ, ਜਿਵੇਂ ਭੁੰਦੜ ਸਾਹਿਬ ਨੇ ਕਿਹਾ ਹੈ, ਸਾਡਾ ਕੱਲ੍ਹ ਅਸੀਂ ਜੇ ਕੋਰਟ ਵੀ ਗਏ ਜਾਂ ਕਿੱਥੇ ਵੀ ਗਏ ਨਾ, ਸਾਨੂੰ ਇਹ ਕਹਿਣਾ ਤੁਸੀਂ DGP ਕੋਲ ਗਏ, ਤੁਸੀਂ ਜੇ ਤੁਹਾਨੂੰ SSP 'ਤੇ ਭਰੋਸਾ ਨਹੀਂ ਸੀ ਤੁਸੀਂ ਹਾਈਅਰ ਅਪਸ ਕੋਲ ਗਏ, ਅਸੀਂ ਹਾਈਅਰ ਅਪਸ ਕੋਲ ਗਏ। ਭਰੋਸਾ ਕੱਲ੍ਹ ਟੁੱਟ ਗਿਆ ਜਦ IG ਦੀ ਥੱਲੇ ਜਿਹੜੀ SIT ਨਵੀਂ ਬਣਾਈ, ਵਧੀਆ ਕੰਮ ਕੀਤਾ ਨਵੀਂ SIT ਬਣਾ, ਫਿਰ ਘੁੰਮਣ ਨੂੰ ਪਾਤਾ ਵਿੱਚ। ਘੁੰਮਣ ਸਾਹਿਬ ਦੀ ਤਾਂ ਜਾਨ ਹੀ ਨਹੀਂ, ਮੈਂ ਤਾਂ ਅੱਜ ਘੁੰਮਣ ਸਾਹਿਬ ਨੂੰ ਬੇਨਤੀ ਕਰਦਾ ਕਿ ਘੁੰਮਣ ਸਾਹਿਬ ਵਜ਼ੀਰ ਆਉਣੇ ਆ, ਲੱਥ ਜਾਣੇ ਆ, ਤੁਸੀਂ ਵਰਦੀ ਪਾਈ ਆ, ਉਹ ਵਰਦੀ ਦਾ ਵਾਸਤਾ ਤੁਹਾਨੂੰ, ਇਹ ਬੇਟੀ ਦੇ ਵੱਲ ਵੇਖ ਲਓ, ਨਵਨੀਤ ਵੱਲ, ਉਹਦੇ ਵਾਸਤਾ ਕੋਈ, ਉਹਦੇ ਇਹਨਾਂ ਦੇ ਦਿਲ 'ਚੋਂ ਜਦੋਂ ਹਾਏ ਗਈ ਤਾਂ ਕੋਈ ਬਚਾਊ? ਫਿਰ ਇਨਸਾਫ਼ ਦੇ ਦਿਓ, ਕਿਉਂ ਤੁਸੀਂ ਇਹ ਡਰਾਮਿਆਂ 'ਚ ਪਏ ਹੋ? ਔਰ ਤੁਹਾਡੇ ਕੋਲ ਟਾਈਮ ਹੀ ਨਹੀਂ ਪਰਿਵਾਰ ਨੂੰ ਮਿਲਣ ਦਾ, ਕਦੇ ਪਰਿਵਾਰ ਨੂੰ ਠੰਡੇ ਮਤੇ ਨਾਲ ਸੱਦ ਕੇ ਉਹਨਾਂ ਦਾ ਦੇਲੇ ਹੌਲਾ ਕਰ ਦਿਓ। ਮਜੀਠੀਆ ਸਾਹਿਬ ਇੱਕ ਵੱਡਾ ਸਵਾਲ ਇਹ ਵੀ ਕਰ ਰਹੇ ਨੇ, ਜਿੱਦਾਂ ਤੁਸੀਂ ਹੁਣ ਵਾਰ ਵਾਰ ਜੱਗੂ ਦਾ ਨਾਮ ਜੋੜ ਰਹੇ ਹੋ,
ਰੰਧਾਵਾ ਦੇ ਨਾਲ, ਉਹਨਾਂ ਨੇ ਸਾਫ਼ ਤੌਰ 'ਤੇ ਇਲਜ਼ਾਮ ਲਗਾਇਆ ਕਿ 10 ਸਾਲ ਜਿਹੜੇ ਅਕਾਲੀ ਸਰਕਾਰ ਦੇ ਰਹੇ ਨੇ ਉਹਦੇ ਟਾਈਮ ਹੀ ਗੈਂਗਸਟਰ ਵਰਡ ਜਿਹੜਾ ਪੰਜਾਬ ਦੇ ਵਿੱਚ ਸਾਹਮਣੇ ਆਇਆ ਅਤੇ ਉਹਨਾਂ ਦੇ ਵੱਲੋਂ ਜਿੰਨੇ ਗੈਂਗਸਟਰ ਪੈਦਾ ਹੋਏ ਅਤੇ ਉਹਨਾਂ ਨੇ ਉਹ ਜਿਹੜਾ ਨਾਭਾ ਜੇਲ੍ਹ ਕਾਂਡ ਆ ਉਹਦਾ ਵੀ ਨਾਮ ਨਾਲ ਜੁੜਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ, ਕਹਿੰਦੇ ਜਿੱਦਾਂ ਸਾਡਾ ਨਾਮ ਜੁੜਿਆ ਜਾ ਰਿਹਾ ਹੁਣ ਜੱਗੂ ਦੇ ਨਾਲ, ਉੱਦਾਂ ਹੀ ਉਸ ਵੇਲੇ ਜਿਹੜਾ ਨਾਭਾ ਜੇਲ੍ਹ ਕਾਂਡ ਹੋਇਆ ਉਹਦਾ ਮੁੱਖ ਦੋਸ਼ੀ ਸੀ, ਉਹਦਾ ਨਾਮ ਫਿਰ ਇਸ ਹਿਸਾਬ ਨਾਲ ਪ੍ਰਕਾਸ਼ ਸਿੰਘ ਬਾਦਲ ਨਾਲ ਜੁੜਦਾ। ਤੁਸੀਂ ਨਾ ਬੜੇ ਵਧੀਆ ਸਵਾਲ ਕੀਤੇ ਆ, ਹੁਣ ਜੇ ਮੈਂ ਭੁੱਲ ਗਿਆ ਨਾ ਦੋ ਤਿੰਨ ਸਵਾਲ ਇਕੱਠੇ ਕਰਤੇ ਤਾਂ ਮੈਂ ਇੱਕ ਇੱਕ ਕਰਕੇ ਜਵਾਬ ਦੇ ਦੂੰ, ਕਿਉਂਕਿ ਮੈਨੂੰ ਕੋਈ ਸਵਾਲ ਪੁੱਛ ਨਹੀਂ ਰਿਹਾ ਸੀ, ਮੈਂ ਚਾਹੁੰਦਾ ਸੀ ਮੈਨੂੰ ਕੋਈ ਪੁੱਛੇ। ਬਾਦਲ ਸਾਹਿਬ ਨਾਲ ਜੋੜਤਾ ਨਾਂ ਉਹਦਾ ਆਪਣੇ ਦਾ ਗਾਉਂਡਰ ਦਾ ਗਾਉਂਡਰ, ਅਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਫਿਰ ਦੇ ਪਰਚਾ ਬਾਦਲ ਸਾਹਿਬ, ਫਿਰ ਤੂੰ ਪਰਚਾ ਕਿਉਂ ਨਹੀਂ ਦਿੰਦਾ, ਤੂੰ ਰਲਿਆ ਬਾਦਲ ਸਾਹਿਬ ਨਾਲ? ਫਿਰ ਦੇਖੋ ਇਹ ਬੰਦੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ, ਔਰ ਸੰਤੋਖ ਸਿੰਘ ਰੰਧਾਵੇ ਬਾਰੇ ਅੱਜ ਭੁੱਲ ਗਏ ਆਪਾਂ ਗੱਲਾਂ, ਕਿ ਉਦੋਂ ਰਾਜੀਵ ਗਾਂਧੀ ਨੇ ਇਹਨਾਂ ਦਾ ਅਸਤੀਫਾ ਲਿਆ ਸੀ ਇਹਦੇ ਬਜ਼ੁਰਗ ਤੋਂ, ਕਿਉਂ ਲਿਆ ਸੀਗਾ? ਪੀ ਪੀ ਸੀ ਸੀ ਪ੍ਰਧਾਨ ਤੋਂ, ਮੰਤਰੀ ਤੋਂ, ਤੁਹਾਨੂੰ ਸਭ ਨੂੰ ਪਤਾ, ਖਬਰ ਲੱਗੀ ਆ। ਅਤੇ ਜੇ ਬਾਦਲ ਸਾਹਿਬ ਦਾ ਹੈਗਾ, ਤੈਨੂੰ ਪਤਾ ਤੂੰ ਵਜ਼ੀਰ ਹੈ, ਫਿਰ ਨਲਾਇਕ ਵਜ਼ੀਰ ਹੈ, ਫਿਰ ਜੇ ਤੂੰ ਪਰਚਾ ਨਹੀਂ ਦਿੰਦਾ ਕਰ ਕਾਰਵਾਈ, ਜੇ ਮੈਂ ਦਿੰਦਾ ਤੈਨੂੰ 48 ਘੰਟੇ ਜੇ ਹਿੰਮਤ ਹੈ ਤਾਂ ਦੇ ਦੀ ਫਿਰ। ਇਸ ਲਈ ਮੇਰੇ ਵੀਰੋ ਇਹ ਸਿਆਸੀ ਗੱਲਾਂ ਦਾ ਫਾਇਦਾ ਕੋਈ ਨਹੀਂ। ਇੱਕ ਸਕਿੰਟ, ਇਸ ਗੱਲ ਦਾ ਜਵਾਬ ਇਹਦੀ ਬਜਾਏ ਮੈਂ ਦਿੰਦਾ। ਦੇਖੋ ਹਮੇਸ਼ਾ ਕਿਉਂਕਿ ਤਕੜੇ ਹੋ ਕੇ ਲੜਦੇ ਨੇ ਇਹ, ਜਿੰਨੇ ਲੜਦੇ, ਜਿਹੜਾ ਲੜਦਾ ਉਹ 'ਤੇ ਪੋਲੀਟੀਕਲ ਅਟੈਕ ਕਰਨਾ ਹੁੰਦਾ, ਕੋਈ ਗੱਲ ਨਹੀਂ ਕਰਨ, ਲੇਕਿਨ 3 ਸਾਲ ਰਾਜ ਨੂੰ ਹੋ ਗਏ, ਕੋਈ ਦੋਸ਼ ਕੱਢ ਕੇ ਸਾਬਤ ਕਰਕੇ ਪਰਚਾ ਦੇ ਸਕੇ ਬਿਕਰ ਪਜੀਠੇ 'ਤੇ, ਸੁਖਬੀਰ ਸਿੰਘ ਬਾਦਲ 'ਤੇ, ਪ੍ਰਕਾਸ਼ ਸਿੰਘ ਬਾਦਲ 'ਤੇ, ਨਾ ਬਦਨਾਮ ਕਰਦੇ ਸੀ ਤਾਂ ਰਾਜ ਲੈਣ ਵਾਸਤੇ ਕੋਈ ਚੀਜ਼ ਕੱਢ ਸਕੇ, 3 ਸਾਲ ਹੁਣ ਤਾਂ ਪੂਰੇ ਮਿਲ ਗਏ। ਇਸ ਕਰਕੇ ਸਾਰੇ ਪੋਲੀਟੀਕਲ ਦੋਸ਼ ਸੀ ਲੋਕਾਂ 'ਚ ਬਦਨਾਮ ਕਰਨ ਵਾਸਤੇ, ਉਹ 'ਚ ਕੱਖ ਨਹੀਂ ਸੀ। ਜੋ ਕੁਛ ਆ ਹੋ ਰਿਹਾ ਲੋਕਾਂ ਦੇ ਸਾਹਮਣੇ, ਇਹਨਾਂ ਗੱਲਾਂ ਸੱਚਾਈਆਂ ਨੇ, ਇਹ ਭੁਗਤਣੀਆਂ ਪੈਣਗੀਆਂ। ਮੇਰੀ ਲਾਸਟ ਗੱਲ, ਇੱਕ ਮੇਰੀ ਬੇਨਤੀ ਸੁਣ ਲਿਓ, ਹੁਣ ਤੁਸੀਂ ਕਹਿੰਦੇ ਨਾ ਮੈਂ ਜੱਗੂ ਨਾਲ ਨਾ ਜੁੜਿਆ, ਤੁਸੀਂ ਚਲੋ ਇੱਥੇ ਰਹਿੰਦੇ ਹੋ, ਲੋਕਲ ਹੈ ਨਾ ਜੀ ਤੁਸੀਂ ਸਾਰੇ, ਚਲੋ ਲੋਕਲ ਵਾਲਿਆਂ ਨੂੰ ਪੁੱਛ ਕੇ ਜਾਇਓ ਜੀ। ਫਿਰ ਤੁਸੀਂ ਹਰਜੀਤ ਕੌਰ ਇੱਥੋਂ ਆ ਨਾਲ ਹੀ ਭਗਵਾਨਪੁਰ, ਸਾਰੀ ਪਿੰਡ ਨਾ ਇਹ ਢਿੱਲਵਾਂ ਆ ਨਾਲ ਧਾਰੋ ਵਾਲੀ ਅਤੇ ਭਗਵਾਨਪੁਰ, ਹਰਜੀਤ ਕੌਰ, ਸਾਰੇ ਪਿੰਡ 'ਚ ਕੋਈ ਹੋਰ ਨਹੀਂ ਇਹਨਾਂ ਨੂੰ ਲੱਭਿਆ ਜਿਹੜਾ ਉਹਨਾਂ ਦਾ ਕਾਂਗਰਸ ਦਾ ਕੰਮ ਚਲਾਊਗਾ। ਔਰ ਫਿਰ ਅਖਬਾਰਾਂ ਨੇ ਇਹ ਖਬਰ ਦਿੱਤੀ ਹੈ ਕਿ ਜੱਗੂ ਦਾ ਐਕਸਟੋਰਸ਼ਨ ਦਾ, ਡਰੱਗਸ ਦਾ, ਕ੍ਰਿਮੀਨਲ ਐਕਟੀਵਿਟੀਜ਼ ਦਾ, ਕਿਲਿੰਗਸ ਦਾ ਕੰਮ ਵੱਧ ਰਿਹਾ। ਜੇਲ੍ਹ ਮਿਨਿਸਟਰ ਕੌਣ ਹੈ? ਭੰਗੜੇ ਕਿਵੇਂ ਪੈ ਰਹੇ ਜੇਲ੍ਹ 'ਚ? ਔਰ ਕਿਉਂ ਪੈ, ਇਕੱਲੇ ਇਹਦੀ ਪੈ ਰਹੇ ਭੰਗੜੇ? ਔਰ ਜਿਹੜੇ ਵੱਡੀ ਗੱਲ ਹੈ ਕਿ ਜਿਹੜਾ ਉਹ ਸਾਰਾ ਪੈਸਾ ਜਾ ਕੇ ਇੱਥੇ ਰਿਹਾ, ਇਹਨਾਂ ਦੀ ਪੰਜਾਬ ਪੁਲਿਸ ਦੀ ਸਰਕਾਰ ਦੀ ਮੌਜੂਦਾ ਦੀ ਰਿਪੋਰਟ ਹੈ ਕਿ ਸਾਰਾ ਕਬੱਡੀ 'ਚ ਇਨਵੈਸਟ ਹੋ ਰਿਹਾ। ਕਬੱਡੀ ਕੌਣ ਕਰ ਰਿਹਾ? ਕਲੱਬ ਕੌਣ ਚਲਾ ਰਿਹਾ? ਮੰਨੂ, ਇਹ ਹੈਰਾਨਗੀ ਦੀ ਗੱਲ। ਔਰ ਮੰਨੂ ਦਾ ਦੂਜਾ ਸਾਥੀ ਕੌਣ ਹੈ? ਕਮਲ ਅਤੇ ਮਨਜੋਤ, ਉਹ ਕਿਹੜੇ ਪਿੰਡ ਨਾਲ ਸੰਬੰਧਿਤ ਹੈ? ਉਹ ਵੀ ਇਹਨਾਂ ਦੇ ਪਿੰਡ ਨਾਲ ਸੰਬੰਧਿਤ, ਸੁੱਖਾ ਰਾਜੂ, ਬੱਬੂ ਉਹਨਾਂ ਦਾ ਚਾਚਾ ਅਤੇ ਬੱਬੂ ਨੂੰ ਇਹਨਾਂ ਨੂੰ ਬਲਾਕ ਸਮਿਤੀ ਮੈਂਬਰ ਬਣਾਇਆ, ਜਿਹੜਾ ਇਹਨਾਂ ਦੇ ਮੇਨ ਕਰਤਾ ਧਰਤਾ। ਇਹ ਬੜੀ ਐਡਾ ਕੋਇੰਸੀਡੈਂਸ ਨਹੀਂ ਹੋ ਸਕਦਾ ਕਿ ਸਾਰੇ ਬੰਦੇ ਇਸੇ ਹਲਕੇ ਨਾਲ ਸੰਬੰਧਿਤ ਨੇ, ਸਾਰੇ ਸੁੱਖੀ ਰੰਧਾਵੇ ਨਾਲ ਸੰਬੰਧਿਤ ਹੈ, ਔਰ ਇੱਕ ਦਾ ਜਵਾਬ ਨਹੀਂ ਦਿੱਤਾ। ਮੈਂ ਉਹਨਾਂ ਦੀ 3 ਪ੍ਰੈਸ ਕਾਨਫਰੰਸਾਂ ਸੁਣ ਲਈਆਂ, ਮਜੀਠੀ ਐਂ ਕਰਦਾ, ਬਾਦਲ ਸਾਹਿਬ ਐਂ ਕਰਦੇ ਆ, ਆਹ ਢੀਂਗ ਐਂ ਕਰਦਾ, ਤੂੰ ਮਾਮਾ ਉਹਨਾਂ ਦਾ ਤਾਂ ਜਵਾਬ ਦੇ ਦੇ 3-4 ਦਾ, ਉਹਨਾਂ ਦਾ ਜਵਾਬ ਕਿਉਂ ਨਹੀਂ ਦਿੰਦਾ ਤੂੰ? ਕਰਵਾ ਲਿਓ ਨਾ ਫਿਰ CBI ਤੋਂ। ਤੁਸੀਂ ਸਮਝਦੇ ਹੋ ਕਿ DGP ਮੰਤਰੀ ਨੂੰ ਗਿਲਟੀ ਕਰ ਦੂਗਾ? ਸਮਝਦੇ ਤੁਸੀਂ DGP ਕਿਹਦੇ ਮਤਹਿਤ ਹੈ? ਕੌਣ ਲਾਉਂਦਾ DGP ਨੂੰ ਸਰਕਾਰਾਂ? ਇਸ ਲਈ ਸਰ ਅੱਜ ਕੱਲ ਦੀ ਦੁਨੀਆ ਚਾਂਦ ਤਾਰਿਆਂ ਤੇ ਚੜ ਗਈ ਆ। ਇਹ ਮੰਗ ਕਰ ਰਿਹਾ ਜੀ ਫਿਰ ਅਕਾਲੀ ਦਲ, ਹਾਂਜੀ CBI ਇਨਕੁਆਇਰੀ ਦੀ ਮੰਗ ਕਰਦਾ ਜੀ ਅਕਾਲੀ ਦਲ, ਫੇਅਰ ਐਂਡ ਇੰਡੀਪੈਂਡੈਂਟ ਏਜੰਸੀ। ਔਰ ਮੈਂ ਅੱਜ ਵੀ ਬੇਨਤੀ ਕਰਦਾ, ਇਹ ਨੈਸ਼ਨਲ ਥ੍ਰੈਟ ਹੈ, ਇੰਟਰਨੈਸ਼ਨਲ ਰੈਮੀਫਿਕੇਸ਼ਨ ਹੈ। ਹਿੰਦੁਸਤਾਨ ਪਾਕਿਸਤਾਨ ਦੇ ਜਿਹੜਾ ਨਾਰਕੋ ਟੈਰਰਿਜ਼ਮ ਦੀ ਗੱਲ ਚੱਲਦੀ ਹੈ,
ਜੇ ਉਹ ਬੰਦੇ ਗੈਂਗਸਟਰ ਰੰਗਰਲੀਆਂ ਮਨਾਉਣ, ਸਭ ਨੇ ਉੱਥੇ ਸ਼ਰਾਬ ਪੀਤੀ, ਉਹਨੂੰ ਸ਼ਰਾਬ ਕਿਹਨੇ ਦਿੱਤੀ? ਉੱਥੇ ਉਹ ਜਿਹੜੀ ਉਹਨਾਂ ਦੀ ਵੀਡੀਓ ਵੇਖੋ, ਉਹਨਾਂ 'ਚ ਤਾਂ ਕੋਈ ਸੋਫੀ ਜਾਪਦਾ ਹੀ ਨਹੀਂ ਸੀ ਮੈਨੂੰ। ਔਰ ਪਾਰਟੀ ਚੱਲ ਰਹੀ ਹੈ ਅਤੇ ਜੇਲ੍ਹ ਮਿਨਿਸਟਰ ਰਿਸਪੋਂਸੀਬਲ ਹੀ ਨਹੀਂ? ਸ਼ਰਾਬ ਦੀ ਆਵਾਜ਼ ਆ ਰਹੀ ਹੈ, ਵੜਕਾ ਮਾਰ ਰਹੇ, ਮਤਲਬ ਕੀ ਉਹ ਸੋਫੀ ਬੰਦਿਆਂ ਦਾ ਜਾਂ ਜੇਲ੍ਹ 'ਚ ਰਹਿਣ ਵਾਲਿਆਂ ਦਾ ਕੰਮ ਸੀ? ਕਹਿੰਦਾ ਸੁਧਾਰ ਕਰ ਬਣਾਏ ਆ, ਬੱਲੇ ਫਿਰ ਇਹ ਜੇ ਸੁਧਾਰ ਕਰਾਂ ਜੇ ਤਾਂ ਹੋ ਜਾਣਾ ਸੁਧਾਰ ਹੁਣ ਜਿਹੜਾ ਇੱਕ। ਮੈਂ ਲਾਸਟ ਗੱਲ ਦੱਸਦਾ ਜੀ, ਮੈਨੂੰ ਇਹ ਗੱਲ ਦੱਸ ਦਿਓ ਜੀ, ਅਫਸੋਸ ਕਰਨ ਕਿਉਂ ਨਹੀਂ ਆਉਂਦਾ? ਕੀ ਇਨਸਾਨੀਅਤ ਦਾ ਫਰਜ਼ ਨਹੀਂ ਬਣਦਾ ਜੀ? ਤੁਸੀਂ ਹਾਂਜੀ ਬ੍ਰਦਰ ਹੈ ਕਿਹੜੀ ਅਖਬਾਰ 'ਚ? ਸੋਰੀ ਫੋਰ ਮਾਈ ਲਿਟਲ ਨੋਲੇਜ। ਅੱਛਾ, ਫਿਰ ਕੀ ਸੁੱਤੇ ਪਏ ਆ? ਹੁਣ ਮੈਂ ਜੋ ਗੱਲ ਕਰਤੀ ਤਾਂ ਜਾਗ ਆ ਗਈ ਇਹਨਾਂ ਨੂੰ। ਮਜੀਠੀ ਆ ਉਹਨਾਂ ਕਮਜ਼ੋਰ ਦਿਲਾਂ 'ਚ ਨਹੀਂ, ਦੱਸਦੀ ਸਪੋਕਸਮੈਨ ਵਾਲੇ ਵੀ ਜਾਣਦੇ ਆ ਅਤੇ ਤੂੰ ਉਹਨੂੰ ਵੀ ਦੱਸ ਦੇ। ਥੈਂਕ ਯੂ ਮੇਰਾ ਵੀਰ, ਗੁੱਸਾ ਨਾ ਕਰੀ ਮੇਰੀ ਗੱਲ। ਨਹੀਂ ਬੀਬੀ ਜੀ ਨਾਲ ਮੇਰਾ ਬੜਾ ਸਤਿਕਾਰ ਹੈ ਜੀ, ਮਗਰ ਥੋੜ੍ਹਾ ਉਹਨਾਂ ਨੂੰ ਹੈਂ ਧੰਨਵਾਦ ਆ, ਮਗਰ ਫਿਰ ਗੱਲ ਸੱਚੀ।